ਭਾਰਤ-ਪਾਕਿਸਤਾਨ ਕਮਾਂਤਰੀ ਸਰਹੱਦ ਤੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਮਾਬੋ ਕੋ ਪਿੰਡ ਦੇ ਇਲਾਕੇ ਵਿੱਚ ਖੇਤਾਂ ਵਿੱਚ ਸੀਮਾ ਸੁਰੱਖਿਆ ਬਲ ਨੇ ਹੈਰੋਇਨ ਦੇ ਤਿੰਨ ਪੈਕੇਟ ਬਰਾਮਦ ਕੀਤੇ ਨੇ ਬਲਦੇ ਇੱਕ ਬੁਲਾਰੇ ਨੇ ਜਲੰਧਰ ਵਿੱਚ ਦੱਸਿਆ ਕਿ ਕੱਲ ਸਵੇਰ ਸਮੇਂ ਇਹ ਬਰਾਮਦਗੀ ਹੋਈ ਇਨ੍ਹਾਂ ਪੈਕਟਾਂ ਵਿੱਚ ਤਕਰੀਬਨ 1 ਕਿਲੋ 786 ਗ੍ਰਾਮ ਹੈਰੋਇਨ ਰੱਖੀ ਗਈ ਸੀ ਕਮਾਂਤਰੀ ਬਾਜ਼ਾਰ ਵਿੱਚ ਇਸ ਹੈਰੋਇਨ ਦੀ ਕੀਮਤ ਕਰੋੜਾਂ ਰੁਪਏ ਦੱਸੀ ਜਾਂਦੀ ਹੈ